ਅੱਜ ਦੇ ਅਖਬਾਰਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਅੱਜ ਬੜੀਆਂ ਮਹੱਤਵਪੂਰਨ ਖਬਰਾਂ ਨੇ, ਕਿਉਂਕਿ ਸਭ ਤੋਂ ਪਹਿਲਾਂ ਕੱਲ੍ਹ ਦੀ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਨੇ ਗਾਜ਼ੀਪੁਰ ਬਾਰਡਰ ਤੋਂ ਵਿਸ਼ੇਸ਼ ਤੌਰ ਤੇ ਅਗਲਾ ਪ੍ਰੋਗਰਾਮ ਅਲੀਕੇ ਹੈ ਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੇ ਜਿਹੜਾ ਵੱਡਾ ਸਭ ਤੋਂ ਕਿਹਾ ਕਿ ਮਈ ਦੇ ਪਹਿਲੇ 15ਵਾੜੇ ਵਿੱਚ ਭਾਵ ਪਹਿਲੇ 15 ਦਿਨਾਂ ਦੇ ਵਿੱਚ ਸੰਸਦ ਮਾਰਚ ਹੋਏਗਾ ਜਿਹੜਾ ਕਿ ਪੈਦਲ ਹੋਏਗਾ ਤੇ ਤਿੰਨਾਂ ਬਾਰਡਰਾਂ ਜਿੱਥੇ ਕਿ ਟਿੱਕਰੀ ਬਾਰਡਰ, ਸਿੰਘੂ ਬਾਰਡਰ ਤੇ ਗਾਜ਼ੀਪੁਰ ਬਾਰਡਰ ਤੋਂ ਜਿੱਥੇ ਕਿ ਪੱਕੇ ਤੌਰ ਤੇ ਧਰਨੇ ਚੱਲ ਰਹੇ ਪਿਛਲੇ 4 ਮਹੀਨਿਆਂ ਤੋਂ, ਇਹਨਾਂ ਥਾਵਾਂ ਤੋਂ ਪੈਦਲ ਸੰਸਦ ਮਾਰਚ ਹੋਏਗਾ। ਕੋਈ ਟਰੈਕਟਰਾਂ ਦੀ ਵਰਤੋਂ ਨਹੀਂ ਕੀਤੀ ਜਾਏਗੀ, ਕੋਈ ਮਸ਼ੀਨਰੀ ਵਰਤੋਂ ਨੂੰ ਕੀਤੀ ਜਾਏਗੀ ਤੇ ਸ਼ਾਂਤਮਈ ਜਿਹੜਾ ਮਾਰਚ ਉਹ ਸੰਸਦ ਵੱਲ ਹੋਵੇਗਾ। ਸਭ ਤੋਂ ਵੱਡਾ ਐਲਾਨ ਹੈ ਕਿਉਂਕਿ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਪਰ ਇਹ 26 ਜਨਵਰੀ ਦੇ ਪ੍ਰੋਗਰਾਮ ਜਿਹੜਾ ਸੀ ਉਸ ਦਿਨ ਦੀ ਜਿਹੜੀਆਂ ਹਿੰਸਕ ਘਟਨਾਵਾਂ ਹੋਈਆਂ ਸਨ ਉਸ ਨੂੰ ਦੇਖਦੇ ਹੋਏ ਬਾਅਦ 'ਚ 1 ਫਰਵਰੀ ਵਾਲਾ ਰੱਦ ਕਰ ਦਿੱਤਾ ਗਿਆ ਸੀ ਤੇ ਹੁਣ ਦੁਬਾਰਾ ਕਿਸਾਨਾਂ ਨੇ ਕਿਹਾ ਕਿ ਮਈ ਦੇ ਪਹਿਲੇ 15ਵਾੜੇ ਦੇ ਵਿੱਚ ਇਹ ਪੈਦਲ ਮਾਰਚ ਸੰਸਦ ਦਾ ਕੀਤਾ ਜਾਏਗਾ। ਦੂਸਰਾ ਮੈਂ ਕਿਹਾ ਕਿ 5 ਅਪ੍ਰੈਲ ਨੂੰ FCI ਦੇ ਜਿੰਨੇ ਵੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਏਗਾ ਕਿਉਂਕਿ FCI ਨੂੰ ਸਰਕਾਰ ਪਹਿਲੀ ਗੱਲ ਤੋਂ ਖਤਮ ਕਰਨ ਦੇ ਚੱਕਰ ਦੇ ਵਿੱਚ ਹੈ ਪਰ ਪਿਛਲੇ ਦਿਨੀ ਜਿਹੜਾ ਕੁਆਲਿਟੀ ਨੂੰ ਲੈ ਕੇ FCI ਦੇ ਅਧਿਕਾਰੀਆਂ ਨੇ ਇਹ ਐਲਾਨ ਕੀਤਾ ਸੀ ਕੁਆਲਿਟੀ ਨੂੰ ਲੈ ਕੇ ਅਨਾਜ ਦੀ, ਉਸ ਨੂੰ ਲੈ ਕੇ ਕਾਫੀ ਖਰਚੇ ਪਾਏ ਜਾ ਰਹੇ ਸਨ ਕਿ ਕਿਸਾਨਾਂ ਤੇ ਇਹ ਮਾਰੂ ਅਸਰ ਕਰੇਗਾ। ਇਸ ਕਰਕੇ ਉਹਨਾਂ ਨੇ FCI ਦੇ ਦਫ਼ਤਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ 5 ਅਪ੍ਰੈਲ ਨੂੰ। ਉਸ ਤੋਂ ਬਾਅਦ 10 ਅਪ੍ਰੈਲ ਨੂੰ KMP ਜਿਹੜਾ ਹੈ ਮਾਰਗ ਉਸ ਨੂੰ 24 ਘੰਟਿਆਂ ਲਈ ਜਾਮ ਕੀਤਾ ਜਾਏਗਾ, ਉਸ ਦਾ ਧਰਨਾ ਲਾਇਆ ਜਾਏਗਾ। 10 ਅਪ੍ਰੈਲ ਨੂੰ 24 ਘੰਟੇ ਲਈ KMP ਜਾਮ ਹੋਏਗਾ। ਇਸ ਤੋਂ ਅਗਲਾ ਪ੍ਰੋਗਰਾਮ ਉਹਨਾਂ ਨੇ ਲਿਖਿਆ ਕਿ 13 ਅਪ੍ਰੈਲ ਨੂੰ ਵਿਸਾਖੀ ਹੈ, ਜਿਹੜੀ ਵਿਸਾਖੀ ਹੈ ਉਹ ਉੱਥੇ ਹੀ ਬਾਰਡਰਾਂ ਦੇ ਧਰਨਿਆਂ ਦੇ ਉੱਤੇ ਉੱਥੇ ਮਨਾਈ ਜਾਏਗੀ ਤੇ 14 ਅਪ੍ਰੈਲ ਨੂੰ ਭੀਮ ਰਾਓ ਅੰਬੇਦਕਰ ਜਿਹੜੇ ਕਿ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ ਉਹਨਾਂ ਦੀ ਜਯੰਤੀ ਹੈ, ਉਸ ਮੌਕੇ ਦੇ ਉੱਤੇ 14 ਅਪ੍ਰੈਲ ਨੂੰ ਸੰਵਿਧਾਨ ਬਚਾਓ ਦਿਵਸ ਵਜੋਂ ਉੱਥੇ ਹੀ ਮਨਾਇਆ ਜਾਣਾ ਹੈ। ਤੇ ਇਸ ਤੋਂ ਬਾਅਦ ਜਿਹੜਾ ਹੈ ਉਹ 1 ਮਈ ਨੂੰ ਜਿਹੜਾ ਮਜ਼ਦੂਰ ਦਿਵਸ ਹੈ ਉਹ ਵੀ ਬਾਰਡਰ ਦੇ ਉੱਤੇ ਮਜ਼ਦੂਰ ਏਕਤਾ ਨੂੰ ਸਮਰਪਿਤ ਕਰਕੇ ਉਹ ਉੱਥੇ ਮਨਾਇਆ ਜਾਏਗਾ। ਇਹ ਜਿਹੜੇ ਨਵੇਂ ਐਲਾਨ ਕਿਸਾਨਾਂ ਨੇ ਕੀਤੇ ਨੇ ਕਿਉਂਕਿ ਪਿਛਲੇ 4 ਮਹੀਨੇ ਤੋਂ ਲਗਾਤਾਰ ਉਹ ਉੱਥੇ ਮੋਰਚਿਆਂ ਦੇ ਵਿੱਚ ਵੱਖ ਵੱਖ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਤੇ ਉਹਨਾਂ ਵੱਲੋਂ ਕੱਲ੍ਹ ਇਹ ਐਲਾਨ ਕੀਤੇ ਗਏ। ਇਸ ਤੋਂ ਬਾਅਦ ਦੂਸਰੀ ਆਪਾਂ ਕਹਤਾ ਸ਼੍ਰੋਮਣੀ ਅਕਾਲੀ ਦਲ ਬਾਰੇ। ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਇਹ ਸਮੱਸਿਆ ਆ ਗਈ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਸ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਲੜ ਸਕਦਾ ਤੇ ਇਸ ਜਦੋਂ ਪਹਿਲਾਂ ਇਸ ਤੇ ਸੋਧ ਕੀਤੀ ਗਈ ਸੀ ਤੇ ਉਦੋਂ ਇਹ ਜਿਹੜਾ ਸੀ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਚੋਣਾਂ ਨਹੀਂ ਲੜ ਸਕੇਗਾ, ਪਰ ਸ਼੍ਰੋਮਣੀ ਅਕਾਲੀ ਦਲ ਇਸ ਦੇ ਲਈ ਦਿੱਲੀ ਹਾਈਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਸੀ ਉਸ ਤੇ ਫੈਸਲਾ ਕਰਦੇ ਹੋਏ ਕੱਲ ਪਹਿਲਾਂ ਇੱਕ ਵਾਰ ਹੇਠਲੇ ਜਿਹੜਾ ਸਿੰਗਲ ਬੈਂਚ ਸੀ ਉਸ ਨੇ ਫੈਸਲਾ ਕਰ ਦਿੱਤਾ ਸੀ ਕਿ ਇਹਨਾਂ ਇਲੈਕਸ਼ਨ ਨਹੀਂ ਲੜ ਸਕਦੇ, ਪਰ ਬਾਅਦ ਦੇ ਵਿੱਚ ਇਸ ਤੇ ਤੁਰੰਤ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੀਟਿੰਗ ਬੁਲਾਈ, ਪਰ ਮੀਟਿੰਗ ਬੁਲਾਉਣ ਤੋਂ ਤੁਰੰਤ ਉਸ ਤੋਂ ਬਾਅਦ ਦੁਬਾਰਾ ਇੱਕ ਫੈਸਲਾ ਡਬਲ ਬੈਂਚ ਤੇ ਜਿਹੜੀ ਸੁਣਵਾਈ ਕੀਤੀ ਤੇ ਉਸ ਦੇ ਵਿੱਚ ਉਹਨਾਂ ਨੇ ਚੋਣ ਨਿਸ਼ਾਨ ਬਾਲਟੀ ਅਲਾਟ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ। ਇਸ ਦੇ ਨਾਲ ਉਹਨਾਂ ਦਾ ਚੋਣ ਲੜਨ ਦਾ ਜਿਹੜਾ ਰਾਹ ਪੱਧਰਾ ਹੋ ਗਿਆ। ਹੁਣ ਜਿਹੜੀਆਂ ਕਿ 25 ਅਪ੍ਰੈਲ ਨੂੰ ਚੋਣਾਂ ਹੋਣੀਆਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਗ ਲਵੇਗਾ ਬਾਲਟੀ ਚੋਣ ਨਿਸ਼ਾਨ ਦੇ ਹੇਠ। ਤੇ ਇਸ ਤੋਂ ਆਪਾਂ ਅਗਲੀ ਹੈ ਕੇਂਦਰ ਨੇ ਜਿਹੜੀ ਫਸਲਾਂ ਦੀ ਅਦਾਇਗੀ ਬਾਰੇ ਬੜਾ ਹੀ ਕਿਸਾਨਾਂ ਦੀ ਇੱਕ ਜਿਹੜੀ ਮੁੱਖ ਮੰਗ ਹੈ ਪਿਛਲੇ ਦਿਨੀ ਜਿਹੜਾ ਫੈਸਲਾ ਕੇਂਦਰ ਸਰਕਾਰ ਨੇ ਕਰ ਲਿਆ ਸੀ ਕਿ ਸਾਰੇ ਜਿੰਨੇ ਵੀ ਕਿਸਾਨ ਨੇ ਉਹ ਆਪਣੀਆਂ ਫਰਜ਼ਾਂ ਨੂੰ ਆਨਲਾਈਨ ਕਰਨ ਤੇ ਉਸੇ ਆਧਾਰ ਤੇ ਜਿਹੜੀ ਅਦਾਇਗੀ ਹੈ ਫਸਲਾਂ ਦੀ ਉਹ ਸਿੱਧੀ ਕਿਸਾਨ ਦੇ ਖਾਤੇ ਦੇ ਵਿੱਚ ਕੀਤੀ ਜਾਏ ਤੇ ਇਸ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ ਜਿਹੜੇ ਆੜ੍ਹਤੀ ਹੈ ਜਿਹੜਾ ਕਿ ਵਿਚਾਲੇ ਇੱਕ ਮੀਡੀਏਟਰ ਸੀ ਕਿਸਾਨ ਦੇ ਵਿੱਚ ਅਤੇ ਸਰਕਾਰ ਦੇ ਵਿਚਕਾਰ, ਕਿਉਂਕਿ ਉਹ ਆਪਣੀ ਜਿਹਨੂੰ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਦਲਾਲ ਤਾਂ ਕਹਿੰਦੀ ਸੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮੀਡੀਏਟਰ ਜਿਹੜੇ ਨੇ ਉਹ ਸਾਡੇ ਸਹਾਇਕ ਨੇ ਜਿਹੜੇ ਕਿ ਸਾਡੀ ਉਹ ਫਸਲ ਨੂੰ ਆਪਣੀ ਉਹ ਜਿਹੜੀ ਉਹਨਾਂ ਦੀ ਮਿਹਨਤਾਨਾ ਹੈ ਉਹ ਲੈਂਦੇ ਨੇ, ਉਹ ਫਸਲ ਨੂੰ ਸਾਫ਼ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਸਾਨੂੰ ਅਦਾਇਗੀ ਕਰਦੇ ਨੇ ਕਿਉਂਕਿ ਕਿਸਾਨ ਤੇ ਆੜ੍ਹਤੀਏ ਦਾ ਜਿਹੜਾ ਰਿਸ਼ਤਾ ਹੈ ਉਹ 9 ਮਾਸ ਦਾ ਰਿਸ਼ਤਾ, ਕਿਉਂਕਿ ਦੋਨੇ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਕਿਉਂਕਿ ਕਿਸਾਨਾਂ ਦੀਆਂ ਇਸ ਤਰ੍ਹਾਂ ਦੀਆਂ ਲੋੜਾਂ ਜ਼ਰੂਰਤਾਂ ਹੁੰਦੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਅਕਸਰ
ਲੋੜ ਪੈਂਦੀ ਰਹਿੰਦੀ ਹੈ ਤਾਂ ਉਹਨਾਂ ਕੋਲ ਇੱਕੋ ਇੱਕ ਸਥਾਨ ਹੁੰਦਾ ਹੈ ਆੜਤੀ ਹੈ ਜਿੱਥੇ ਜਾ ਕੇ ਉਹ ਬਿਨਾਂ ਕਿਸੇ ਲਿਖਪੜ ਤੋਂ ਜਾਂ ਹੋਰ ਉਹ ਉਹਨਾਂ ਤੋਂ ਉਧਾਰ ਫੜ ਸਕਦੇ ਹੈ। ਜੇਕਰ ਅਸੀਂ ਬੈਂਕਾਂ 'ਚ ਜਾਈਏ ਬੈਂਕਾਂ ਵਾਲੇ ਤਾਂ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਕਿ ਉਹ 1 ਰੁਪਈਆ ਵੀ ਤੁਹਾਨੂੰ ਉਧਾਰ ਨਹੀਂ ਦਿੰਦੇ ਅਤੇ ਉਹਨਾਂ ਨੂੰ ਲੈ ਕੇ ਇਹ ਵਿਰੋਧ ਪਾਇਆ ਜਾ ਰਿਹਾ ਸੀ। ਪਰ ਇਸ ਦੇ ਲਈ ਪੰਜਾਬ ਸਰਕਾਰ ਨੇ ਵੀ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਸਮਾਂ ਬਹੁਤ ਘੱਟ ਹੈ ਕਿਉਂਕਿ 10 ਅਪ੍ਰੈਲ ਤੋਂ ਜਿਹੜੀ ਹੈ ਉਹ ਖਰੀਦ ਸ਼ੁਰੂ ਹੋ ਜਾਣੀ ਹੈ ਅਤੇ ਸਾਡੇ ਕੋਲ ਸਮਾਂ ਘੱਟ ਹੈ। ਇਹ ਉਹਨਾਂ ਨੇ ਆਪਣੀ ਦਲੀਲ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਇਸ ਵਾਰ ਜਿਹੜੀ ਅਦਾਇਗੀ ਆ ਉਸੇ ਦੀ ਕਿਸਾਨਾਂ ਦਾ ਉਹ ਆੜ੍ਹਤੀਆਂ ਥਰੂ ਕੀਤੀ ਜਾਵੇ, ਪਰ ਕੇਂਦਰ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਅਤੇ ਉਹ ਆਪਣੇ ਇਸ ਫੈਸਲੇ 'ਤੇ ਅੜ ਗਈ ਹੈ ਕਿ ਅਸੀਂ ਜਿਹੜੀ ਅਦਾਇਗੀ ਹੈ ਉਹ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਹੀ ਕੀਤੀ ਜਾਏਗੀ। ਕਿਉਂਕਿ ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟਰ ਜਿਹੜੇ ਕਿ ਬੀਜੇਪੀ ਉੱਥੇ ਸਰਕਾਰ ਹੈ ਮੁੱਖ ਮੰਤਰੀ ਹਰਿਆਣਾ, ਉਹਨਾਂ ਨੇ ਅਨਾਊਂਸ ਕਰਤਾ ਕਿਉਂਕਿ ਉਹਨਾਂ ਨੇ ਲਾਗੂ ਕਰ ਦਿੱਤਾ ਕਿ ਅਦਾਇਗੀ ਸਿੱਧੀ ਕਿਸਾਨਾਂ ਨੂੰ ਕੀਤੀ ਜਾਏਗੀ। ਅਤੇ ਉਹਨਾਂ ਨੇ ਇੱਕ ਬੜਾ ਹੋਰ ਨਾਲ ਹਾਸੋਹੀਣਾ ਬਿਆਨ ਦਿੱਤਾ ਹੈ ਕਿ ਜਿਹੜੀ ਲੇਬਰ ਹੈ ਜਿਹੜੀ ਫਸਲ ਨੂੰ ਸਾਫ਼ ਕਰਨਾ ਹੈ ਜਾਂ ਜਿਹੜੀ ਆੜ੍ਹਤੀ ਦੇ ਕੋਈ ਵੀ ਜਿਹੜੀ ਉਹਨਾਂ ਦਾ ਮਿਹਨਤਾਨਾ ਹੈ ਉਹ ਕਿਸਾਨ ਉਲਟਾ ਉਹਨਾਂ ਨੂੰ ਦੇਵੇਗਾ ਜੋ ਵੀ ਉਹਨਾਂ ਦਾ ਬਣੇਗਾ, ਪਰ ਜਿਹੜੀ ਫਸਲ ਦੀ ਅਦਾਇਗੀ ਹੈ ਉਸ ਦੀ ਕਿਸਾਨਾਂ ਦੇ ਹੱਕ ਵਿੱਚ ਆਏਗੀ। ਇਸ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਇੱਕ ਵਾਰ ਫਿਰ ਚਿੰਤਾ ਦੇ ਵਿੱਚ ਆ ਗਏ ਨੇ ਅਤੇ ਇਸ ਦੇ ਲਈ ਉਹ ਸੰਘਰਸ਼ ਵਿੱਢਣ ਲਈ ਫਿਰ ਤਿਆਰ ਹੋ ਰਹੇ ਨੇ। ਇਸ ਤੋਂ ਬਾਅਦ ਜਿਹੜੀ ਹੈ ਅੱਜ ਤੋਂ 1 ਅਪ੍ਰੈਲ ਤੋਂ, ਕਿਉਂਕਿ ਪਿਛਲੇ ਦਿਨ ਜਿਹੜੀ ਹੈ ਪਿਛਲੇ ਮਹੀਨੇ ਮੀਟਿੰਗ ਉਹ ਕੈਬਨਿਟ ਮੀਟਿੰਗ ਹੋਈ ਸੀ ਉਹਦੇ 'ਚ ਫੈਸਲਾ ਕੀਤਾ ਗਿਆ ਸੀ ਕਿਉਂਕਿ ਅਗਲਾ ਸਾਲ ਚੋਣਾਂ ਦਾ, ਉਸ ਕਰਕੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਲੁਭਾਉਣੇ ਜਿਹੜੇ ਹੈ ਉਹ ਨਵੇਂ ਨਵੇਂ ਕੋਈ ਇਸ ਤਰ੍ਹਾਂ ਦੀਆਂ ਸੇਵਾਵਾਂ ਦੇਣ ਦੇ ਅਨਾਊਂਸਮੈਂਟਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਉਹਨਾਂ ਵਿੱਚ ਇੱਕ ਸੀ ਕਿ ਔਰਤਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਜਾਏਗੀ ਅਤੇ ਉਹ ਅੱਜ 1 ਅਪ੍ਰੈਲ ਤੋਂ ਮੁਫਤ ਸਫ਼ਰ ਦੀ ਸਹੂਲਤ ਔਰਤਾਂ ਨੂੰ ਦਿੱਤੀ ਜਾ ਰਹੀ ਹੈ। ਹੁਣ ਸ਼ਰਤਾਂ ਕੀ ਹੋਣਗੀਆਂ ਕਿ ਉਸ ਦਾ ਆਈ ਕਾਰਡ ਦੇਖਿਆ ਜਾਏਗਾ ਜਾਂ ਉਸ ਕੋਲ ਆਪਣਾ ਆਧਾਰ ਕਾਰਡ ਹੋਵੇ, ਉਸ ਕੋਲੇ ਪੰਜਾਬ ਦਾ ਡੋਮੇਸਾਈਲ ਹੋਵੇ ਜਾਂ ਉਸ ਦੇ ਕੋਲ ਆਪਣਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਪ੍ਰੂਫ ਹੋਣਾ ਚਾਹੀਦਾ ਜਿਵੇਂ ਡਰਾਈਵਿੰਗ ਲਾਇਸੈਂਸ ਹੋਵੇ, ਕੋਈ ਨਾ ਕੋਈ ਉਸ ਔਰਤ ਕੋਲੇ ਪ੍ਰੂਫ ਹੋਣਾ ਚਾਹੀਦਾ ਜਿਸ ਤੋਂ ਸਾਬਤ ਹੋਵੇ ਕਿ ਉਹ ਪੰਜਾਬ ਦੀ ਵਸਨੀਕ ਹੈ। ਇਹ ਦੇਖ ਕੇ ਉਹ ਬੱਸ ਦੇ ਵਿੱਚ ਮੁਫਤ ਸਫ਼ਰ ਕਰ ਸਕਦੀਆਂ ਇਸ ਤੋਂ। ਅਤੇ ਦੂਸਰੇ ਪਾਸੇ ਨਾਲ ਇਹ ਵੀ ਹੈ ਕਿ ਜੇਕਰ ਇਹ ਸਫ਼ਰ ਦੀ ਸਹੂਲਤ ਕੇਵਲ ਤੇ ਕੇਵਲ ਪੰਜਾਬ ਦੇ ਅੰਦਰ ਦਿੱਤੀ ਗਈ ਹੈ, ਪੰਜਾਬ ਤੋਂ ਬਾਹਰ ਜੇਕਰ ਉਹ ਜਾਂਦੇ ਆ ਹਰਿਆਣੇ ਦੇ ਵਿੱਚ ਜਾਂਦੀਆਂ ਨੇ ਚਾਹੇ ਉਹ ਬੱਸ PRTC ਦੀ ਹੈ ਪੰਜਾਬ ਸਰਕਾਰ ਦੀ ਹੈ, ਪਰ ਜੇਕਰ ਉਹ ਪੰਜਾਬ ਤੋਂ ਬਾਹਰ ਜਾਂਦੀਆਂ ਹਿਮਾਚਲ ਹਰਿਆਣਾ ਜਾਂ ਕਿਸੇ ਹੋਰ ਸਟੇਟ ਨੂੰ ਤਾਂ ਉੱਥੇ ਉਹਨਾਂ ਦੀ ਟਿਕਟ ਜਿਹੜੀ ਆ ਉਹ ਪੂਰੀ ਲੱਗੇਗੀ। ਇਹ ਜਿਹੜੀਆਂ ਸ਼ਰਤਾਂ ਦੇ ਤਹਿਤ ਅੱਜ ਤੋਂ ਮੁਫਤ ਸਫ਼ਰ ਦੀ ਸਹੂਲਤ ਐਲਾਨ ਦਿੱਤੀ ਗਈ ਹੈ। ਅਤੇ ਇਸ ਤੋਂ ਅਗਲੀ ਖਬਰ ਜਿਹੜੀ ਕਿ COVID-19 ਸਾਡਾ ਸਾਰਿਆਂ ਦਾ ਇੱਕ ਬੜਾ ਵੱਡਾ ਮਸਲਾ ਪੂਰੀ ਦੁਨੀਆ ਭਰ ਦੇ ਵਿੱਚ, ਅਤੇ ਇਸ ਦੇ ਲਈ ਬਹੁਤ ਸਾਰੀਆਂ ਕੰਪਨੀਆਂ ਨੇ ਵੈਕਸੀਨ ਤਿਆਰ ਕੀਤੀ ਸੀ ਅਤੇ ਵੈਕਸੀਨ ਧੜਾ ਧੜ ਲਗਾਉਣੀ ਵੀ ਸ਼ੁਰੂ ਕਰ ਦਿੱਤੀ। ਹਰ ਇੱਕ ਨੂੰ ਪ੍ਰੇਰਿਆ ਜਾ ਰਿਹਾ ਕਿ ਉਹ ਵੈਕਸੀਨ ਲਵਾਉਣ, ਅਤੇ ਭਾਰਤੀ ਕੰਪਨੀ ਆਸਟਰਾਜੈਨਿਕਾ ਉਹਨਾਂ ਨੇ ਜਿਹੜੀ ਵੈਕਸੀਨ ਤਿਆਰ ਕੀਤੀ ਸੀ ਅਤੇ ਉਹ ਭਾਰਤ ਦੀ ਧੜਾ ਧੜ ਲਗਾਈ ਵੀ ਜਾ ਰਹੀ ਹੈ, ਅਤੇ ਉਸ ਦੇ ਨਾਲ ਇਸ ਵੈਕਸੀਨ ਨੂੰ ਕੈਨੇਡਾ ਨੂੰ ਵੀ ਭੇਜੀ ਗਈ ਸੀ, ਕੁਝ ਯੂਰਪੀਨ ਦੇਸ਼ਾਂ ਦੇ ਵਿੱਚ ਭੇਜੀ ਗਈ ਸੀ। ਪਰ ਯੂਰਪੀਨ ਦੇਸ਼ਾਂ ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਇਸ ਨੂੰ ਬੰਦ ਕਰਤਾ ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸੀ ਇਸ ਦੀ ਕੁਆਲਿਟੀ 'ਤੇ, ਅਤੇ ਬਾਅਦ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਇਹ ਪਾਇਆ ਗਿਆ ਕਿ ਜਿਹੜੀ ਆਸਟਰਾਜੈਨਿਕਾ ਇਸ ਦੇ ਨਾਲ ਖੂਨ ਜਿਹੜਾ ਉਹ ਸਰੀਰ ਦੇ ਵਿੱਚ ਖੂਨ ਦੀਆਂ ਗੰਢਾਂ ਜੰਮਣ ਲੱਗ ਗਈਆਂ ਨੇ, ਖੂਨ ਜੰਮਣ ਲੱਗਿਆ, ਅਤੇ ਇਸ ਕਰਕੇ ਉਸ ਨੂੰ ਰੱਦ ਕਰ ਦਿੱਤਾ ਗਿਆ। ਕੈਨੇਡਾ ਸਰਕਾਰ ਨੇ ਪਹਿਲਾਂ ਉਸਦੀ ਜਾਂਚ ਦਿੱਤੀ ਸੀ ਪਰ ਦੁਬਾਰਾ ਫਿਰ ਉਹਨਾਂ ਨੇ ਇਸ 'ਤੇ ਪਾਬੰਦੀ ਲਾ ਦਿੱਤੀ ਹੈ ਕਿ ਇਹ ਆਸਟਰਾਜੈਨਿਕਾ COVID-19 ਦੀ ਜਿਹੜੀ ਵੈਕਸੀਨ ਹੈ ਭਾਰਤ ਤੋਂ ਆਈ ਹੈ ਇਸ ਨੂੰ ਨਹੀਂ ਲਗਾਇਆ ਜਾਵੇਗਾ, ਉਸ ਨੂੰ ਲਗਾਉਣਾ ਬੰਦ ਕਰ ਦਿੱਤਾ ਹੈ। ਅਤੇ ਇਸ ਦੇ ਨਾਲ ਅੱਜ ਆਪਾਂ ਗੱਲ ਕਰੀਏ ਤਾਂ ਪੱਛਮੀ ਬੰਗਾਲ ਅਤੇ ਆਸਾਮ ਦੋਨਾਂ ਦੇ ਵਿੱਚ, ਦੋਨਾਂ ਸਟੇਟਾਂ ਦੇ ਵਿੱਚ ਦੂਜੇ ਗੇੜ ਦੀਆਂ ਚੋਣਾਂ ਅੱਜ ਹੋ ਰਹੀਆਂ ਨੇ, ਅਤੇ ਇਸ ਦੂਜੇ ਗੇੜ ਦੀਆਂ ਚੋਣਾਂ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਪੱਛਮੀ ਬੰਗਾਲ ਲਈ ਹੈ ਤਾਂ ਪੱਛਮੀ ਬੰਗਾਲ ਦੀਆਂ 30 ਸੀਟਾਂ 'ਤੇ ਚੋਣ ਹੋਣੀ ਹੈ ਅਤੇ ਜਿਹਦੇ ਵਿੱਚ 171 ਉਮੀਦਵਾਰ ਨੇ। ਅਤੇ ਦੂਸਰੇ ਪਾਸੇ ਅਸੀਂ ਚਲਾਈਏ ਤਾਂ ਅਸਾਮ ਦੇ ਵਿੱਚ 39 ਸੀਟਾਂ ਦੇ ਉੱਤੇ ਅੱਜ ਵੋਟਾਂ ਹੋ ਰਹੀਆਂ ਅਤੇ ਜਿਹਦੇ ਵਿੱਚ 345 ਉਮੀਦਵਾਰ ਨੇ। ਅਤੇ ਅੱਜ ਦੀ ਜਿਹੜੀ ਇਹ ਦੂਜੇ ਗੇੜ ਦੀਆਂ ਚੋਣਾਂ ਨੇ ਇਹਨਾਂ ਦੀ ਖਾਸ ਅਹਿਮੀਅਤ ਇਹ ਹੈ ਕਿਉਂਕਿ ਅੱਜ ਮਮਤਾ ਬੈਨਰਜੀ ਦੇ ਉਹਨਾਂ ਦੀ ਕਿਸਮਤ ਜਿਹੜੀ ਹੈ ਉਹ ਡੱਬੇ 'ਚ ਬੰਦ ਹੋਣੀ ਹੈ, ਅੱਜ ਉਹਨਾਂ ਦੀ ਕਿਸਮਤ ਦਾ ਫੈਸਲਾ ਹੋਣਾ। ਉਹਦਾ ਕਾਰਨ ਇਹ ਹੈ ਕਿਉਂਕਿ ਨੰਦੀ ਗ੍ਰਾਮ ਤੋਂ ਉਹ ਚੋਣ ਲੜ ਰਹੇ ਨੇ ਅਤੇ ਨੰਦੀ ਗ੍ਰਾਮ ਉਸੇ ਉਹਨਾਂ ਦੇ ਬਰਾਬਰ 'ਤੇ ਜਿਹੜੇ ਆ ਉਹ ਸਵੇਂਦੂ ਅਧਿਕਾਰੀ ਉਹ ਜਿਹੜੇ ਚੋਣ ਲੜ ਰਹੇ ਨੇ। ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਸਵੇਂਦੂ ਜਿਹੜੇ ਅਧਿਕਾਰੀ ਨੇ ਉਹ ਪਹਿਲਾਂ ਇਸ ਸਰਕਾਰ ਦੇ ਸਨ, ਉਹਨਾਂ ਨੇ
ਇਹਦੇ ਚੋਂ ਅਲੱਗ ਹੋ ਗਏ ਸਨ ਤੇ ਉਹ ਉਹਨਾਂ ਦਾ ਮੁਕਾਬਲਾ ਉਸੇ ਸੀਟ ਤੋਂ ਕਰ ਰਹੇ ਹੈ ਤੇ ਦੋਨਾਂ ਦਾ ਬੜਾ ਸਖਤ ਮੁਕਾਬਲਾ ਹੈ ਇਸ ਦੇ ਲਈ ਉੱਥੇ, ਕਿਉਂਕਿ ਬਹੁਤ ਅਹਿਮ ਸੀਟ ਹੈ, ਇਸੇ ਕਰਕੇ ਉੱਥੇ ਹੋਰ ਵੀ ਜਿਹੜਾ ਧਾਰਾ 144 ਵੀ ਲਗਾਈ ਗਈ ਹੈ, ਹੋਰ ਉੱਥੇ ਕਾਫੀ ਸਿਕਿਉਰਿਟੀ ਵੀ ਲਗਾਈ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਾ ਹੋਵੇ ਤੇ ਅੱਜ ਦੀ ਜਿਹੜੀ ਹੈ ਇਹ ਦੂਜੇ ਗੇੜ ਦੀ ਚੋਣਾਂ 1 ਅਪ੍ਰੈਲ ਬੰਗਾਲ ਦੇ ਵਿੱਚ ਬਹੁਤ ਅਹਿਮੀਅਤ ਰੱਖਦੀਆਂ ਨੇ, ਕਿਉਂਕਿ ਅੱਜ ਮਮਤਾ ਬੈਨਰਜੀ ਜਿਹੜੀ ਕਿ ਪਿਛਲੇ 10 ਸਾਲ ਤੋਂ ਉੱਥੋਂ ਦੇ ਮੁੱਖ ਮੰਤਰੀ ਦੇ ਉਹਦੇ 'ਤੇ ਕਾਬਜ਼ ਹੈ ਅਤੇ ਉਸ ਬੜੀ ਲੋਕਾਂ ਦੇ ਵਿੱਚ ਹਰਮਨ ਪਿਆਰੀ ਹੈ ਉੱਥੋਂ ਦੀ ਜਨਤਾ ਦੇ ਵਿੱਚ, ਅੱਜ ਉਸ ਨੂੰ ਵੋਟਾਂ ਪਾ ਕੇ ਲੋਕ ਆਪਣਾ ਕਿਸ ਤਰ੍ਹਾਂ ਦਾ ਉਹਦੇ ਪ੍ਰਤੀ ਪ੍ਰਗਟਾ ਕਰਦੇ ਹੈ ਇਹ ਅੱਜ ਫੈਸਲਾ ਹੋਏਗਾ। ਇਹ ਅੱਜ ਦੀਆਂ ਜਿਹੜੀਆਂ ਨੇ ਖਾਸ ਖਾਸ ਖਬਰਾਂ ਨੇ, ਹੋਰ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਸਕਦੇ ਹਾਂ, ਕਿਉਂਕਿ H-1B ਵੀਜ਼ਾ ਅਮਰੀਕਾ ਦਾ ਜਿਹੜਾ ਉਸ ਦੇ ਲਈ ਉਹਦੇ ਸਾਰੀਆਂ ਜਿਹੜੀ ਹੈ ਕਾਰਵਾਈ ਉਹ ਪੂਰੀ ਕੀਤੀ ਜਾ ਚੁੱਕੀ ਹੈ, ਉਸ ਦੇ ਲਈ ਉਹਨਾਂ ਜਿਹੜੇ ਕਿ ਵੀਜ਼ਾ ਧਾਰਕ ਨੇ ਉਹ ਆਪਣੇ ਵੱਲੋਂ ਅਪਲਾਈ ਕਰ ਸਕਣਗੇ। ਦੂਸਰੇ ਪਾਸੇ ਕੈਨੇਡਾ ਸਰਕਾਰ ਨੇ ਵੀ ਜਿਹੜੀ ਪਹਿਲਾਂ ਮਿਆਦ 31 ਮਾਰਚ ਤੱਕ ਕੀਤੀ ਸੀ ਕਿ 31 ਮਾਰਚ ਤੱਕ ਜਿਹੜੇ ਉੱਥੇ ਟੂਰਿਸਟ ਗਏ ਹੋਏ ਹੈ, ਵਿਜ਼ਟਰ ਗਏ ਹੋਏ ਹੈ, ਉਹ ਕਿਤੇ ਨਾ ਕਿਤੇ ਕੋਈ ਇੰਪਲਾਇਰ ਲੱਭ ਕੇ ਵਰਕ ਪਰਮਿਟ ਦੇ ਵਿੱਚ ਆਪਣਾ ਵੀਜ਼ਾ ਤਬਦੀਲ ਕਰਵਾ ਸਕਦੇ ਹੈ, ਕਿਉਂਕਿ ਬਾਹਰੋਂ ਕੋਵਿਡ-19 ਕਰਕੇ ਜਿਹੜੇ ਹੈ ਇੰਪਲਾਈਜ਼ ਉਹ ਬੁਲਾਉਣੇ ਉੱਥੇ ਮੁਸ਼ਕਲ ਹੈ। ਇਸ ਕਰਕੇ ਉੱਥੇ ਉਹ ਜਿਹੜੀ ਹੈ ਇਹ ਤਰੀਕ ਅੱਗੇ ਵਧਾ ਦਿੱਤੀ ਗਈ ਹੈ, ਹੁਣ ਕਿਤੇ ਅਗਸਤ ਕਰ ਦਿੱਤੀ ਗਈ ਹੈ, ਅਗਸਤ ਤੱਕ ਹੈ ਜਿਹੜੇ ਹੈ ਉਹ ਉੱਥੇ ਗਏ ਹੋਏ ਵਿਜ਼ਟਰ ਟੂਰਿਸਟ ਉਹ ਆਪਣਾ ਇੰਪਲਾਇਰ ਲੱਭ ਕੇ ਉੱਥੇ ਆਪਣੇ ਵੀਜ਼ਾ ਜਿਹੜਾ ਉਹ ਵਰਕ ਪਰਮਿਟ ਦੀ ਤਬਦੀਲ ਕਰਾ ਸਕਦੇ ਹੈ। ਇਸ ਦੇ ਨਾਲ ਕਾਫੀ ਰਾਜ ਜਿਹੜੀ ਹੈ ਉਹ ਉੱਥੇ ਗਏ ਹੋਏ ਜਿਹੜੇ ਕਿ ਪਰਮਾਨੈਂਟ ਸੈਟਲ ਹੋਣ ਬਾਰੇ ਸੋਚ ਰਹੇ ਹੈ ਉਹਨਾਂ ਨੂੰ ਇਸ ਦੀ ਕਾਫੀ ਸਹੂਲਤ ਮਿਲੇਗੀ। ਸ਼ਾਮ ਫਿਰ ਮਿਲਾਂਗੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਰਲਡ ਮੀਡੀਆ USA ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਉੱਥੇ, ਕਿਉਂਕਿ ਅਕਸਰ ਬਹੁਤ ਸਾਰੀਆਂ ਅਹਿਮ ਤੁਹਾਡੇ ਲਈ ਨਵੀਂ ਨਵੀਂ ਜਾਣਕਾਰੀ ਇੰਟਰਵਿਊ ਤੁਹਾਡੇ ਲਈ ਉੱਥੇ ਮਿਲ ਰਹੀਆਂ ਨੇ। ਵੱਖ ਵੱਖ ਦੇਸ਼ਾਂ ਦੇ ਵਿੱਚ ਜਿੰਨੇ ਵੀ ਵਰਲਡ ਮੀਡੀਆ USA ਨਾਲ ਜੁੜੇ ਹੋਏ ਪੱਤਰਕਾਰ ਉਹਨਾਂ ਤੁਸੀਂ ਸੁਣੋ, ਉਹਨਾਂ ਦੇ ਵਿਚਾਰ ਸੁਣੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।